ਅੱਜ ਅਸੀਂ ਗੱਲ ਕਰਨ ਜਾ ਰਹੇ ਹਾਂ ਯਾਲਟਾ ਸੰਧੀ ਦੇ ਬਾਰੇ। ਕੀ ਹੈ ਯਾਲਟਾ ਸੰਧੀ, ਕਦੋਂ ਅਤੇ ਕਿਹਨਾਂ ਦੇਸ਼ਾਂ ਦੇ ਵਿੱਚ ਹੋਈ ਸੀ ਇਹ ਸੰਧੀ, ਖਾਲਿਸਤਾਨ ਦੇ ਬਾਰੇ ਕੀ ਲਿਖਿਆ ਸੀ ਇਸ ਸੰਧੀ ਦੇ ਵਿੱਚ, ਇਸ ਸੰਧੀ ਮੁਤਾਬਕ ਕਦੋਂ ਬਣੇਗਾ ਖਾਲਿਸਤਾਨ, ਮੁੜ ਤੋਂ ਹੋਵੇਗੀ ਸੰਸਾਰ ਦੀ ਵੰਡ ਅਤੇ ਕਦੋਂ ਹੋਵੇਗੀ ਸੰਸਾਰ ਦੀ ਵੰਡ, ਕੀ ਭਾਰਤ ਦੇ ਹੋਣਗੇ ਚਾਰ ਟੁਕੜੇ। ਪੂਰੀ ਜਾਣਕਾਰੀ ਦੇ ਲਈ ਵੀਡੀਓ ਨੂੰ ਅਖੀਰ ਤੱਕ ਜ਼ਰੂਰ ਦੇਖੋ। ਹੁਣ ਗੱਲ ਕਰਦੇ ਹਾਂ ਯਾਲਟਾ ਸੰਧੀ ਦੇ ਬਾਰੇ। ਗੱਲਬਾਤ ਦੂਸਰੇ ਵਿਸ਼ਵ ਯੁੱਧ ਤੋਂ ਬਾਅਦ 4 ਫਰਵਰੀ ਤੋਂ ਲੈ ਕੇ 11 ਫਰਵਰੀ 1945 ਤਹਿਰਾਨ ਵਿੱਚ ਇੱਕ ਸੰਧੀ ਹੋਈ ਸੀ ਜਿਸ ਦਾ ਨਾਮ ਸੀ ਯਾਲਟਾ ਸੰਧੀ। ਇਸ ਸੰਧੀ ਵਿੱਚ ਵਿਸ਼ਵ ਦੀਆਂ 3 ਪ੍ਰਮੁੱਖ ਸ਼ਕਤੀਆਂ ਨੇ ਹਿੱਸਾ ਲਿਆ ਸੀ, ਜਿਸ ਵਿੱਚ UK, USA, USS ਇਸ ਸੰਧੀ ਵਿੱਚ ਇਹਨਾਂ ਦੇਸ਼ਾਂ ਦੇ ਪ੍ਰੈਜ਼ੀਡੈਂਟ ਸ਼ਾਮਲ ਹੋਏ ਸਨ। ਮਿਸਟਰ ਚਰਚਿਲ, ਮਿਸਟਰ ਸਟਾਲਿਨ, ਮਿਸਟਰ ਰੂਜ਼ਵੈਲਟ। 2007 ਦੇ ਵਿੱਚ ਜਰਮਨੀ ਦੇ ਵਿੱਚ ਇੱਕ ਸਿਕਿਉਰਿਟੀ ਕਾਨਫਰੰਸ ਹੋਈ ਸੀ ਜਿਸ ਵਿੱਚ ਪੁਤੀਨ ਨੇ ਆਪਣੀ ਗੱਲ ਰੱਖੀ ਹੈ ਕਿ ਜੋ ਯਾਲਟਾ ਵੰਨ ਸੰਧੀ 1945 ਦੇ ਵਿੱਚ ਹੋਈ ਸੀ ਉਸ ਦੇ ਵਿੱਚ ਰੂਸ ਨੂੰ ਉਸਦਾ ਬਣਦਾ ਹੱਕ ਨਹੀਂ ਮਿਲਿਆ, ਇਸ ਕਰਕੇ ਛੇਤੀ ਹੀ ਯਾਲਟਾ 2 ਸੰਧੀ ਕੀਤੀ ਜਾਵੇ। ਯਾਲਟਾ ਕ੍ਰੀਮੀਆ ਦੇਸ਼ ਦਾ ਇੱਕ ਸ਼ਹਿਰ ਹੈ। ਇਸ ਸਮਝੌਤੇ ਤੋਂ ਪਹਿਲਾਂ ਇਹਨਾਂ ਤਿੰਨੋਂ ਦੇਸ਼ਾਂ ਦੇ ਵਿੱਚ ਇੱਕ ਮੀਟਿੰਗ ਤਹਿਰਾਨ ਦੇ ਵਿੱਚ 1943 ਦੇ ਵਿੱਚ ਹੋਈ ਸੀ। ਅਮਰੀਕਾ ਵੱਲੋਂ ਇਸ ਸੰਧੀ ਵਿੱਚ ਅਮਰੀਕਾ ਦੇ ਰਾਸ਼ਟਰਪਤੀ ਫ੍ਰੈਂਕਲਿਨ ਰੋਜ਼ਵੈਲਟ ਅਤੇ ਰੂਸ ਵੱਲੋਂ ਰੂਸ ਦੇ ਰਾਸ਼ਟਰਪਤੀ ਜੋਸਫ ਸਟਾਲਿਨ ਅਤੇ ਬ੍ਰਿਟਿਸ਼ ਵੱਲੋਂ ਉਹਨਾਂ ਦੇ ਪ੍ਰਾਈਮ ਮਿਨਿਸਟਰ ਵਿੰਸਟਨ ਚਰਚਿਲ ਇੰਗਲੈਂਡ ਤੋਂ ਇਸ ਮੀਟਿੰਗ ਦੇ ਵਿੱਚ ਸ਼ਾਮਲ ਹੋਏ ਸਨ। ਇਹ ਤਿੰਨੋਂ ਲੀਡਰ ਪਹਿਲੀ ਵਾਰ ਇੱਕ ਦੂਸਰੇ ਨੂੰ ਮਿਲੇ ਸਨ, ਇਸ ਤੋਂ ਪਹਿਲਾਂ ਉਹ ਇੱਕ ਦੂਸਰੇ ਨੂੰ ਜਾਣਦੇ ਵੀ ਨਹੀਂ ਸਨ। ਤਹਿਰਾਨ ਦੀ ਇਸ ਮੀਟਿੰਗ ਵਿੱਚ ਕਾਫੀ ਸਿੱਖ ਸ਼ਾਮਲ ਹੋਏ ਸਨ। ਇੱਥੇ ਹੀ ਤੈਅ ਕੀਤਾ ਗਿਆ ਸੀ ਕਿ ਸਾਨੂੰ ਯਾਲਟਾ ਦੇਸ਼ ਵਿੱਚ ਇੱਕ ਕਾਨਫਰੰਸ ਕਰਨੀ ਚਾਹੀਦੀ ਹੈ। ਉਸ ਸਮੇਂ ਵਰਲਡ ਵਾਰ 2 ਦਾ ਫੈਸਲਾ ਤਕਰੀਬਨ ਹੋ ਚੁੱਕਾ ਸੀ, ਉਸ ਵਿੱਚ ਬ੍ਰਿਟਿਸ਼ ਫੌਜਾਂ ਜਿੱਤ ਰਹੀਆਂ ਸਨ, ਜਰਮਨੀ ਹਾਰ ਰਿਹਾ ਸੀ। ਇਸ ਯਾਲਟਾ ਕਾਨਫਰੰਸ ਦੇ ਵਿੱਚ ਇਹ ਤੈਅ ਕੀਤਾ ਗਿਆ ਸੀ ਕਿਸ ਕੰਟਰੀ ਨੂੰ ਕਿੰਨੀਆਂ ਸਟੇਟਾਂ ਦਿੱਤੀਆਂ ਜਾਣਗੀਆਂ। ਉਸ ਕਾਨਫਰੰਸ ਦੇ ਵਿੱਚ ਇੱਕ ਨਵਾਂ ਸੰਸਾਰ 100 ਸਾਲ ਵਾਸਤੇ ਸਿਰਜਣ ਵਾਸਤੇ ਇਹ ਕਾਨਫਰੰਸ ਯਾਲਟਾ ਦੇ ਵਿੱਚ ਹੋਈ ਸੀ। ਇਸ ਕਾਨਫਰੰਸ ਦੇ ਵਿੱਚ ਇੱਕ ਸਿੱਖ ਨੂੰ ਵੀ ਸ਼ਾਮਿਲ ਕੀਤਾ ਗਿਆ ਸੀ। ਉਸ ਤੋਂ ਬਾਅਦ 1947 ਵਿੱਚ ਜਦੋਂ ਪਾਕਿਸਤਾਨ ਨਵਾਂ ਮੁਲਕ ਬਣਿਆ, ਬ੍ਰਿਟਿਸ਼ ਪਾਰਲੀਮੈਂਟ ਦੇ ਵਿੱਚ ਇਹ ਕਿਹਾ ਗਿਆ ਕਿ ਸਾਨੂੰ ਦੁੱਖ ਹੈ ਕਿ ਸਿੱਖਾਂ ਦਾ ਕੁਝ ਨਹੀਂ ਬਣ ਸਕਿਆ, ਪਰ ਸਿੱਖ ਇਹ ਨਾ ਸੋਚਣ ਕਿ ਆਉਣ ਵਾਲੇ ਸਮੇਂ ਵਿੱਚ ਵੀ ਉਹਨਾਂ ਦਾ ਕੁਝ ਨਹੀਂ ਬਣੇਗਾ। ਇਸ ਤੋਂ ਇਹ ਪਤਾ ਲੱਗਦਾ ਹੈ ਵਰਲਡ ਲੈਵਲ 'ਤੇ ਵੀ ਸਿੱਖਾਂ ਦੀ ਭੂਮਿਕਾ ਮਿਥੀ ਹੋਈ ਹੈ, ਚਾਹੇ ਉਹ 100 ਸਾਲ ਬਾਅਦ ਹੋਵੇ। ਉਸ ਮੀਟਿੰਗ ਦੇ ਵਿੱਚ UK ਦੇ ਪ੍ਰਾਈਮ ਮਿਨਿਸਟਰ ਸਟਾਲਿਨ ਚਰਚਿਲ ਨੂੰ ਸਿੱਖ ਰੈਜੀਮੈਂਟ ਵੱਲੋਂ ਸਰਦਾਰ ਕਿਰਪਾਲ ਸਿੰਘ ਵੱਲੋਂ ਇੱਕ ਨਿਸ਼ਾਨੀ ਭੇਂਟ ਕੀਤੀ ਗਈ ਸੀ ਅਤੇ ਚਰਚਿਲ ਵੱਲੋਂ ਵੀ ਕਿਰਪਾਲ ਸਿੰਘ ਨੂੰ ਇੱਕ ਕਿਰਚ ਭੇਂਟ ਕੀਤੀ ਗਈ ਸੀ। ਇਸ ਗੱਲ ਤੋਂ ਇਹ ਸਾਬਿਤ ਹੁੰਦਾ ਹੈ ਕਿ ਤਿੰਨੋਂ ਮੁਲਕ ਸਿੱਖਾਂ ਦੀ ਹਿੱਸੇਦਾਰੀ ਚਾਹੁੰਦੇ ਸਨ। ਯਾਲਟਾ ਸੰਧੀ ਦੇ ਵਿੱਚ ਇਹ ਤੈਅ ਕੀਤਾ ਜਾਣਾ ਸੀ ਜਾਂ ਤਾਂ ਕਾਰਪੋਰੇਸ਼ਨਾਂ ਬਣਾਈਆਂ ਜਾਣ, ਜੇਕਰ ਕਾਰਪੋਰੇਸ਼ਨਾਂ ਸੈਟਅਪ ਨਹੀਂ ਹੁੰਦੀਆਂ ਤਾਂ ਦੇਸ਼ਾਂ ਦੀ ਵੰਡ ਕਰ ਦਿੱਤੀ ਜਾਵੇ। ਸਾਨੂੰ ਲੱਗਦਾ ਹੈ 1947 ਦੇ ਵਿੱਚ ਇਕੱਲਾ ਪਾਕਿਸਤਾਨ ਹੀ ਦੇਸ਼ ਬਣਿਆ ਸੀ, ਨਹੀਂ, ਇਸ ਤੋਂ ਇਲਾਵਾ 58 ਤੋਂ ਵੱਧ ਨਵੇਂ ਦੇਸ਼ ਬਣੇ ਸਨ। ਇਸ ਸੰਧੀ ਦੇ ਵਿੱਚ ਇਹ ਤੈਅ ਕੀਤਾ ਗਿਆ ਸੀ ਕਿ ਜਵਾਹਰ ਲਾਲ ਨਹਿਰੂ ਭਾਰਤ ਦੇ ਪ੍ਰਧਾਨ ਮੰਤਰੀ ਬਣਨਗੇ ਤੇ ਭਾਰਤ ਰੂਸ ਦੇ ਨਾਲ ਕੰਮ ਕਰੇਗਾ ਅਤੇ ਪਾਕਿਸਤਾਨ ਅਮਰੀਕਾ ਦੇ ਨਾਲ ਕੰਮ ਕਰੇਗਾ। ਇਹ ਸਾਰਾ ਕੁਝ ਯਾਲਟਾ ਕਾਨਫਰੰਸ ਦੇ ਵਿੱਚ ਤੈਅ ਕੀਤਾ ਗਿਆ ਸੀ। ਇਸ ਦੇ ਨਾਲ ਹੀ ਇਹ ਵੀ ਤੈਅ ਕੀਤਾ ਗਿਆ ਸੀ ਕਿ ਤਿੰਨੋਂ ਵਿਸ਼ਵ ਤਾਕਤਾਂ ਆਪਸ ਦੇ ਵਿੱਚ ਨਹੀਂ ਲੜਨਗੀਆਂ ਅਤੇ ਬ੍ਰਿਟਿਸ਼ ਕਾਰਪੋਰੇਸ਼ਨ ਭਾਰਤ ਵਿੱਚ ਕੰਮ ਕਰੇਗੀ। ਇਸ ਕਾਨਫਰੰਸ ਸਮੇਂ ਸਿੱਖ ਆਗੂ ਨਿਕੰਮੇ ਰਹੇ। ਦੁਨੀਆ ਦੇ ਵਿੱਚ 5 ਵੱਡੇ ਧਰਮ ਹਨ, ਈਸਾਈ, ਹਿੰਦੂ, ਮੁਸਲਮਾਨ, ਭਿਕਸ਼ੂ ਅਤੇ ਸਿੱਖ। ਪਰ ਈਸਾਈਆਂ ਦੇ ਕੋਲ ਆਪਣੇ ਦੇਸ਼ ਹਨ, ਮੁਸਲਮਾਨਾਂ ਦੇ ਕੋਲ ਆਪਣੇ ਦੇਸ਼ ਹਨ, ਭਿਕਸ਼ੂਆਂ ਦੇ ਕੋਲ ਆਪਣੇ ਦੇਸ਼ ਹਨ, ਹਿੰਦੂਆਂ ਦੇ ਕੋਲ 2 ਦੇਸ਼ ਹਨ, ਨੇਪਾਲ ਅਤੇ ਭਾਰਤ। ਯਹੂਦੀਆਂ ਨੂੰ ਨਵਾਂ ਦੇਸ਼ ਬਣਾ ਕੇ ਦਿੱਤਾ ਗਿਆ ਇਜ਼ਰਾਈਲ। ਸਿੱਖਾਂ ਦੀ ਵੀ ਦਾਅਵੇਦਾਰੀ ਬਣਦੀ ਹੈ ਕਿ ਉਹਨਾਂ ਦਾ ਵੀ ਰਾਜ ਹੋਣਾ ਚਾਹੀਦਾ ਸੀ। ਸਿੱਖ ਪਹਿਲਾਂ 2 ਵਾਰ ਆਪਣਾ ਰਾਜ ਬਣਾ ਚੁੱਕੇ ਹਨ, ਇੱਕ ਤਾਂ ਬਾਬਾ ਬੰਦਾ ਸਿੰਘ ਬਹਾਦਰ ਦੇ ਸਮੇਂ, ਦੂਸਰਾ ਮਹਾਰਾਜਾ ਰਣਜੀਤ ਸਿੰਘ ਦੇ ਸਮੇਂ। ਪਰ ਇੱਥੇ ਫਿਰ ਸਿੱਖ ਲੀਡਰ ਗਰਦਾਰੀ ਕਰ ਗਏ। ਅਸਲ ਵਿੱਚ ਉਹ ਲੀਡਰ ਦੇਖਣ ਨੂੰ ਤਾਂ ਸਰਦਾਰ ਲੱਗਦੇ ਸਨ, ਪਰ ਉਹਨਾਂ ਦੇ ਸਾਰੇ ਕਾਰ ਵਿਹਾਰ ਹਿੰਦੂਆਂ ਵਾਲੇ ਸਨ। ਜਿਸ ਤਰ੍ਹਾਂ ਮਹਾਰਾਜਾ ਰਣਜੀਤ ਸਿੰਘ ਦੇ ਰਾਜ ਨੂੰ ਡੋਗਰਿਆਂ ਨੇ ਖਤਮ ਕੀਤਾ ਸੀ, ਸਿੱਖੀ ਦੇ ਭੇਸ਼ ਦੇ ਵਿੱਚ ਗਰਦਾਰ ਸਨ।
ਜੋ ਸਿੱਖ ਉਸ ਸੰਧੀ ਵਿੱਚ ਸ਼ਾਮਲ ਸਨ ਉਹਨਾਂ ਨੂੰ ਵੱਡੇ ਫਾਇਦੇ ਦੀ ਆਸ ਸੀ। ਇਸ ਕਰਕੇ ਉਹਨਾਂ ਨੇ ਸਿੱਖਾਂ ਨੂੰ ਵੇਚਿਆ। ਉਹ ਦੇਖਣ ਨੂੰ ਤਾਂ ਸਿੱਖ ਲੱਗਦੇ ਸਨ ਪਰ ਚੱਲਦੇ ਹਿੰਦੂ ਤਬ ਦੇ ਨਾਲ ਸਨ। ਇਹ ਸੀ ਯਾਲਟਾ 1। ਪਰ ਹੁਣ ਅਮਰੀਕਾ ਵੱਲੋਂ ਯਾਲਟਾ 2 ਸੰਧੀ ਦੀ ਗੱਲ ਕੀਤੀ ਜਾ ਰਹੀ ਹੈ ਕਿਉਂਕਿ ਇਕੱਲਾ ਅਮਰੀਕਾ ਰੂਸ ਅਤੇ ਚਾਈਨਾ ਦੇ ਨਾਲ ਨਹੀਂ ਲੜ ਸਕਦਾ। ਇਸ ਸੰਧੀ ਦੇ ਵਿੱਚ ਸਾਡੇ ਸਿੱਖ ਲੀਡਰ ਇੰਨੇ ਸਮਰੱਥ ਹਨ ਕਿ ਆਪਣੇ ਰਾਜ ਦੀ ਗੱਲ ਕਰ ਸਕਣ, ਜਾਂ ਫਿਰ ਤੋਂ ਸਾਡੇ ਸਿੱਖ ਲੀਡਰਾਂ ਦੀ ਨਲੈਕੀ ਦੇ ਕਰਕੇ ਅਸੀਂ ਆਪਣਾ ਰਾਜ ਨਾ ਗਵਾ ਬੈਠੀਏ। ਹੁਣ ਸਾਰੀ ਸਿੱਖ ਕੌਮ ਨੂੰ ਅੰਤਰਰਾਸ਼ਟਰੀ ਤੌਰ ਦੀ ਸਮਝ ਰੱਖਣੀ ਪਵੇਗੀ ਤਾਂ ਜੋ ਆਉਣ ਵਾਲੇ 20-25 ਸਾਲਾਂ ਵਿੱਚ ਫਿਰ ਤੋਂ ਯਾਲਟਾ ਸੰਧੀ ਹੋਣ ਜਾ ਰਹੀ ਹੈ। ਯਾਲਟਾ 1 ਵਿੱਚ ਇਸ ਦਾ ਸਮਾਂ 100 ਸਾਲ ਰੱਖਿਆ ਗਿਆ ਸੀ ਜੋ ਹੁਣ ਪੂਰਾ ਹੋਣ ਵਾਲਾ ਹੈ। ਯਾਲਟਾ 2 ਵਿੱਚ ਹੁਣ ਵੱਡੀ ਤਬਦੀਲੀ ਹੋਣ ਜਾ ਰਹੀ ਹੈ। ਪਹਿਲਾਂ 3 ਵੱਡੀਆਂ ਤਾਕਤਾਂ ਸੀ ਪਰ ਹੁਣ ਇਹਨਾਂ ਦੀ ਗਿਣਤੀ 4 ਹੋ ਚੁੱਕੀ ਹੈ ਕਿਉਂਕਿ ਚੀਨ ਵੀ ਹੁਣ ਇੱਕ ਵੱਡੀ ਤਾਕਤ ਬਣ ਚੁੱਕਾ ਹੈ। ਯਾਲਟਾ 2 ਸੰਧੀ ਵਿੱਚ ਮੁੜ ਤੋਂ ਦੇਸ਼ਾਂ ਦੀ ਵੰਡ ਹੋਣੀ ਹੈ। ਰਾਜਨਾਥ ਸਿੰਘ ਵਾਰ ਵਾਰ ਬਿਆਨ ਦੇ ਰਿਹਾ ਹੈ ਕਿ ਸਾਰਾ ਭਾਰਤ ਸਿੱਖਾਂ ਦਾ ਹੈ। ਇਸ ਤੋਂ ਇਹ ਸਾਫ ਪਤਾ ਲੱਗ ਰਿਹਾ ਹੈ ਉਹਨਾਂ ਨੂੰ ਪਤਾ ਹੈ ਆਉਣ ਵਾਲੇ ਸਮੇਂ ਦੇ ਵਿੱਚ ਸਿੱਖਾਂ ਦਾ ਆਪਣਾ ਦੇਸ਼ ਹੋਵੇਗਾ। ਚਾਈਨਾ ਨੇ ਵੀ ਮੋਦੀ ਸਰਕਾਰ ਨੂੰ ਕਿਹਾ ਹੈ ਤਿੱਬਤ ਅਸੀਂ ਖਾਲਸਾ ਰਾਜ ਤੋਂ ਲਿਆ ਹੈ, ਉਸੇ ਨੂੰ ਦੇਵਾਂਗੇ। ਅਤੇ ਅਮਰੀਕਾ ਨੇ ਵੀ ਸਿੱਖਾਂ ਨੂੰ ਵੱਖਰੇ ਐਥਨਿਕ ਗਰੁੱਪ ਵਜੋਂ ਮਾਨਤਾ ਦੇ ਦਿੱਤੀ ਹੈ। ਐਥਨਿਕ ਦਾ ਮਤਲਬ ਹੈ ਵੱਖਰੇ ਲੋਕ। ਇਹ ਵੀ ਇੱਕ ਵੱਡਾ ਸੰਕੇਤ ਹੈ ਸਿੱਖ ਰਾਜ ਬਣਨ ਦਾ। ਯਾਲਟਾ ਸੰਧੀ ਵਿੱਚ ਇਹ ਵੀ ਤੈਅ ਕੀਤਾ ਗਿਆ ਸੀ ਕਿ ਭਾਰਤ ਨੂੰ ਡਿਵੈਲਪ ਨਹੀਂ ਕੀਤਾ ਜਾਵੇਗਾ। 1947 ਵਿੱਚ ਪੰਜਾਬ ਇੱਕ ਅਮੀਰ ਸਟੇਟ ਸੀ। 1947 ਦੇ ਵਿੱਚ ਜਦੋਂ ਪਾਵਰ ਟ੍ਰਾਂਸਫਰ ਕੀਤੀ ਗਈ ਤਾਂ ਉਸ ਵਿੱਚ ਇਹ ਸ਼ਰਤਾਂ ਸਨ ਕਿ ਭਾਰਤ ਆਪਣੀ ਕਮਾਈ ਦਾ ਕੁਝ ਹਿੱਸਾ ਉਹਨਾਂ ਨੂੰ ਦੇਵੇਗਾ ਚਾਹੇ ਉਹ ਉਹਨਾਂ ਤੋਂ ਸਮਾਨ ਖਰੀਦੇਗਾ ਜਿਸ ਦੇ ਨਾਲ ਉਹਨਾਂ ਦੇਸ਼ਾਂ ਨੂੰ ਫਾਇਦਾ ਹੋਵੇਗਾ। ਭਾਰਤ ਦੇ ਜਦੋਂ ਵੀ ਕੋਈ ਮੁਸੀਬਤ ਆਈ ਉਸਨੇ ਉਹ ਹਮੇਸ਼ਾ ਪੰਜਾਬ ਦੇ ਉੱਤੇ ਸੁੱਟ ਦਿੱਤੀ, ਜਿਵੇਂ ਕਿ 1947 ਵਿੱਚ ਹਥਿਆਰਾਂ ਦਾ ਸਾਰਾ ਖਰਚਾ ਪੰਜਾਬ ਨੇ ਕੀਤਾ ਸੀ। ਅਤੇ ਆਉਣ ਵਾਲੇ ਸਮੇਂ ਵਿੱਚ ਵੀ ਭਾਰਤ ਇਸੇ ਤਰ੍ਹਾਂ ਕਰ ਸਕਦਾ ਹੈ। ਹੁਣ ਸਿੱਖਾਂ ਨੂੰ ਚਾਹੀਦਾ ਹੈ ਉਹ ਮਹਾਰਾਣੀ ਤੋਂ ਆਪਣਾ ਖਾਲਸਾ ਰਾਜ ਮੰਗਣ ਕਿਉਂਕਿ ਉਹਨਾਂ ਨੇ ਮਹਾਰਾਜਾ ਦਲੀਪ ਸਿੰਘ ਦੇ ਨਾਲ ਸਮਝੌਤਾ ਕੀਤਾ ਸੀ ਕਿ ਮਹਾਰਾਜਾ ਦਲੀਪ ਸਿੰਘ ਜਦੋਂ ਬਾਲਗ ਹੋਣਗੇ ਤਾਂ ਉਹਨਾਂ ਨੂੰ ਉਹਨਾਂ ਦਾ ਰਾਜ ਵਾਪਸ ਮੋੜ ਦਿੱਤਾ ਜਾਵੇਗਾ। ਅੱਜ ਵੀ ਉਹ ਸਮਝੌਤਾ ਉਹਨਾਂ ਦੇ ਕੋਲ ਹੈ। ਹੁਣ ਸਿੱਖਾਂ ਨੂੰ ਚਾਹੀਦਾ ਹੈ ਉਹ ਇਸ ਮਸਲੇ 'ਤੇ ਵਿਚਾਰ ਕਰਨ, ਜਾਂ ਫਿਰ ਸਿੱਖਾਂ ਨੂੰ ਦੂਸਰੀ ਯਾਲਟਾ ਸੰਧੀ ਬਾਰੇ ਤਿਆਰ ਹੋਣਾ ਚਾਹੀਦਾ ਹੈ। ਯਾਲਟਾ ਸੰਧੀ ਦਾ ਮਤਲਬ ਹੈ ਕਿਹੜਾ ਦੇਸ਼ ਕਿਹੜੇ ਦੇਸ਼ ਦੇ ਅਧੀਨ ਰਹੇਗਾ। ਕੁਝ ਬੁੱਧੀਜੀਵੀਆਂ ਦਾ ਮੰਨਣਾ ਹੈ 2030 ਤੱਕ ਸਿੱਖਾਂ ਨੂੰ ਆਪਣਾ ਦੇਸ਼ ਮਿਲ ਸਕਦਾ ਹੈ ਅਤੇ ਭਾਰਤ 4 ਹਿੱਸਿਆਂ ਵਿੱਚ ਵੰਡਿਆ ਜਾ ਸਕਦਾ ਹੈ। ਜਾਣਕਾਰੀ ਚੰਗੀ ਲੱਗੀ ਹੋਵੇ ਤਾਂ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰੋ। ਫਿਰ ਮਿਲਾਂਗੇ ਇੱਕ ਹੋਰ ਨਵੀਂ ਜਾਣਕਾਰੀ ਦੇ ਨਾਲ।